واجد فرجا آل محمد بہت سونی سلوات
أسير في الكوفة والشام الشكر يا
ਜਦੋਂ ਰੋ ਪਾਕਾਂ ਦੇ ਗਮ ਵਿੱਚ ਰੋ ਗੁਨਾਹ ਸਮੇਂ ਮੈਂ ਇੱਕ ਸੈਕਿੰਡ ਮੈਂ ਰਿਸ਼ਤਾ ਲਾਇਆ ਕਰਦਾ ਅਗਰ ਸਾਰੇ ਬੰਦੇ ਸ਼ਾਮਿਲ ਹੋ ਪਿਛਲੇ ਬੰਦੇ ਹੱਥ ਚਾਹ ਕੇ ਗੱਲ ਦੱਸੋ ਅਸੀਂ ਮੁਕਾਮ ਸ਼ਾਮਿਲ ਕੌਣ ਬੰਦਾ ਜਿਹੜਾ ਨਾ ਰੋਵੇ ਉਹ ਨਾ ਰੋਵੇ ਜਿਹੜਾ ਬੀਬੀ ਦਾ ਇਹਨਾਂ ਨਾਲੋਂ ਵੱਡਾ ਇੱਜ਼ਤਦਾਰ ਹੋਵੇ ਉਹ ਜ਼ਰੂਰ ਰੋਵੇ ਅੱਧੀ ਰਾਤ ਮੇਰੇ ਮੈਨੂੰ ਦਰਬਾਰ ਚ ਕੱਲਿਆਂ ਬੁਲਾਏ ਕਵੀ
مدینہ کیوں بلائے؟ کیوں بلائے ادھی رات میں دربار کیوں بلائے؟ ادھر معافی دے نالے میں بابے دا خون معاف کر بیٹھے ہو جنہ دا مسائل نہ تعلق ہو گئے. معافی دا نام آئے بے گناہ خون دی معافی دا نام آئے مٹی تے تڑپیا ہے میرا چوتھا امام کمینے دے پاسے دے کیا دا ہے ہن معافی منگدا ہے بے وارس سمجھ کے لٹیا او صحرا وچ بال گرائے لے اسی اجڑ گئے عید کیتی خیام تمام جلائے میرا پیرا دایا خون آلودا دور کین گئے کہ سنیا کہ سنیا میں پیا
ਕਰਬਲਾ ਦੇ ਝੁਕਣ ਤੋਂ ਪਹਿਲੇ ਪੁੱਤਰਾਂ ਨੂੰ ਮਿਲ ਜਿਹੜੇ ਕਰਬਲਾ ਦੇ ਦਰ ਬੈਠੇ ਹੋ ਤੁਹਾਨੂੰ ਪਤਾ ਹੈ ਬੀਬੀ ਜ਼ੈਨਬ ਦੇ ਇੱਕ ਪੁੱਤਰ ਦੀ ਕਬਰ ਗੰਜੇ ਸ਼ੁਦਾ ਵਿੱਚ ਧਰਤੀ ਲੱਗੀ ਹੋਈ ਦੂਜੇ ਪੁੱਤਰ ਦੀ ਕਬਰ 14 ਕਿਲੋਮੀਟਰ ਦੂਰ ਜ਼ਰਾ ਸੰਭਲ ਕੇ ਮੇਰੇ ਨਾਲ ਆਉਣਾ ਹੈ ਇਹਨਾਂ ਦੋਵਾਂ ਪੁੱਤਰਾਂ ਦੀਆਂ ਕਬਰਾਂ ਦੇ ਦਰਮਿਆਨ ਲਾ ਖਲੋਤੇ ਆਉਣ ਦੀ ਤਰਫੋਂ ਸੱਜਾ ਹੱਥ ਪਛਾਣੀ ਤੇਰਾ ਮੁਹੰਮਦ ਦੀ ਤਰਫੋਂ ਖੱਬਾ ਹੱਥ ਪਛਾਣੀ ਤੇਰਾ ਦਿਰਾਰ ਦੇ ਹੁਕਮ ਦੀ ਤਾਮੀਲ ਕਰਦੇ ਹੋਇਆ ਰੋ ਕਿਆ ਦੀ ਸਲਾਮ ਉਹ ਅਬਦੁੱਲਾ ਦੇ ਨਾਲ ਜਾਫਰ ਤਿਆਰ ਦੇ ਪਾਕ ਬਚਰੇ ਮਾਂ ਵਤਨ ਦੇ ਵੱਲੀ ਵੈਨੂ ਆਏ ਹਾਏ ਆਏ ਹਾਏ ਮੇਰੇ ਨਾਲ ਆ ਮੇਰੇ ਆਲੋ ਸਾਹਿਬ ਉਹ ਅਬਦੁੱਲਾ ਦੇ ਨਾਲ ਮਾਂ ਵਤਨ ਦੇ ਵੱਲੀ ਵੈਂਦੀ ਹੈ ਜੇ ਦੀ ਗੈਰਤਮੰਦ ਮਾਂ ਹੈ ਇਹਦੇ ਗੈਰਤਮੰਦ ਪੁੱਤਰ ਹੈ ਦੋਵਾਂ ਪੁੱਤਰਾਂ ਦੀਆਂ ਕਬਰਾਂ ਹਾਰ ਗਈਆਂ ਬੀਬੀ ਦੀ ਛੋੜੀ ਦੀ ਦੋਵਾਂ ਕਬਰਾਂ ਵਿੱਚੋਂ ਇੱਕੋ ਆਵਾਜ਼ ਆਈ ਹੈ ਬਣ ਸਾਦੇ ਸ਼ਾਮ ਤੇ ਪੂਰੇ ਦੀ ਉਹ ਜੱਟਾ ਸ਼ਹਿਰ ਮਦੀਨੇ ਜਾਵੇ ਉਹ ਜੇ ਬਾਬਾ ਸਫਾਰ ਦੇ ਹਾਲ ਪੁੱਛੇ ਕਰਬਲ ਦੇ ਹਾਲ ਸੁਣਾ ਵਾਸਤੇ ਉਹ ਇਕੱਲਿਆਂ ਬਹਿ ਕੇ ਆਪਣੇ ਘਰ ਚ ਮਿੱਟੀ ਤੇ
ਬਾਅਦ ਦੁਆਰ ਬੁਲੰਦ ਕਰਕੇ ਇਹ ਆਖ ਸਕਦਾ ਤਾਂ ਮਾਨਕ ਮੰਗਤ ਗੁਜ਼ਰ ਗਈ ਬੇਬਾਦਸ਼ਾਹ ਤੇ ਯਤੀਮਾਂ ਵਾਂਗੂ ਮਿੱਟੀਆਂ ਤੇ ਬਹਿ ਕੇ ਰੋ ਰਹੇ ਹੋ। ਇਹ ਆਖ ਸਕਦਾ ਤਾਂ ਮਾਲਕ ਸਾਡੇ ਵਾਸਤੇ ਬੇਸ਼ੱਕ ਨਾ ਆਪਣੀ ਦਾਦੀ ਦੀ ਚਾਦਰ ਵਾਸਤੇ ਯਕੀਨ ਜਾਣੋ ਹੋ ਸਕਦਾ ਇਸ ਮਾਸੂਮ ਮਾਹੌਲ ਵਿੱਚ ਕਿਸੇ ਬੱਚੇ ਦੀ ਆਵਾਜ਼ ਸੁਣ ਲਵੇ ਜਾਂ ਕਿਸੇ ਫਰਦਾਦਾਰ ਮਾਂ ਦੀ ਆਵਾਜ਼ ਸੁਣ ਲਵੇ ਤੇ ਵਕਤੇ ਜ਼ਹੂਰ ਕਰੀਬ ਬਾਣੀ ਮਜਲਿਸ ਵਾਸਤੇ ਦੇ ਹਾਜ਼ਰੀਨ ਵਾਸਤੇ ਮਜਲਿਸ ਫਰਮਾਓ ਦੁਆ ਫਰਮਾਓ ਜਿਹੜੇ ਹਾਜ਼ਰੀਨ ਮਜਲਿਸ ਹਨ ਕਿਹੜੀ ਦੁਆ ਕਰਾਂ ਬਸ ਇਹ ਦੁਆ ਕਰਾਂ ਤੁਹਾਡੇ ਵਾਸਤੇ ਇਹ ਜ਼ਿਕਰ ਪਾਕ ਤੁਹਾਡੀ ਨਸਲ ਨੂੰ ਵੀ ਨਸੀਬ ਇਤਨੀ ਹੈ ਮਜਲਿਸ ਨਿਹਾਇਤ ਕਾਬਿਲ ਇਤਰਾਮ ਬਰਾਦਰ ਮੁਹਤਰਮ ਜਨਾਬ ਪੀਰ ਸੀਦ ਇਕਬਾਲ ਸ਼ਹਿਨਸ਼ਾਹ ਸਾਹਿਬ ਤਸ਼ਰੀਫ ਲਿਆ ਮੈਨੂੰ ਸਿਰਫ ਔਰ ਸਿਰਫ ਇੱਕ ਮਿੰਟ ਦੀ ਇਜਾਜ਼ਤ ਦਿੱਤੀ ਜਾਵੇ ਮੈਂ ਦਿਲ ਤੇ ਮੇਰਾ ਨਹੀਂ ਕਰਦਾ ਮੈਂ ਚਾਹਾਂ ਮੈਂ ਖੰਡੇ ਅਰਥ ਕਰ ਦਿਨ ਚਲਾਉਂਦਾ ਮੁਸਾਫਰਾ ਕਰੂੰ ਮੈਂ ਆ ਜਾਓ ਤੇ ਜੋ ਮਜਲਿਸ ਵਿੱਚ ਤੇ ਫਿਰ ਕੀ ਯਕੀਨ ਨਾਲ ਆਵਿਆ ਕਰੋ ਮਾਵਾਂ ਭੈਣਾਂ ਧੀਆਂ ਦੇ ਬੱਲੇ ਜਦੋਂ ਮਜਲਿਸ ਵਿੱਚ ਆਵਿਆ ਕਰੋ ਨਾ ਤੇ ਆਪਣੇ ਆਪ ਨਾਲ ਗੱਲ ਕਰਦੇ ਆਵਿਆ ਕਰੋ ਆਖਿਆ ਕਰੋ ਖੈਰ ਸਾਡੀ ਮਾਂ ਧੀ ਭੈਣ ਵਾਲੀ ਮਜਲਿਸ ਵਿੱਚ ਆਉਣ ਵਾਸਤੇ ਮੋਮਨ ਭੈਣਾਂ ਵਿੱਚ ਗੁਜ਼ਰ ਕੇ ਆਉਣਾ ਪਿਆ ਪਾਉਂਦਾ ਹੈ ਅੱਲਾ ਜਾਣੇ 1600 ਮੀਨ ਅਲੀ ਦੀ ਧੀ ਬਦਮਾਸ਼ਾਂ ਵਿੱਚ ਕੀ ਬੈਠੋ ਬੈਠੋ ਜੀ ਜਲਦੀ ਬਹੁਤ ਜੀ ਇਹ ਕੀ ਕਰਦੇ ਮਿੱਟੀ ਦੋਨੋਂ ਆਏ ਤ੍ਰੈ ਜਾਂ ਚਾਰ ਸਫ਼ਰ ਨਿਸ਼ਾਨ ਵਿੱਚ ਉਤਰੀ 19-20 ਸਫ਼ਰ ਨੂੰ ਹਿਰਾਵਾਂ ਦੀ ਜਾਗੀਰ ਦੇ ਬੰਨੇ ਤੇ ਪਹੁੰਚੀ ਅੱਖ ਰਵੀ ਲਵਲ ਦਾ ਦਿਨ ਪੈ ਲਾਂਦਾ ਹਾਂ ਨਾਨੇ ਪਾਕ ਤੇ ਪਾਕ ਖੋਲ ਦੀ ਖੁਸ਼ਬੂ ਆਈ ਤੇ ਮਾਂ ਦਾ ਥੋੜਾ ਜਿਹਾ ਪਰਦਾ ਹਟਾ ਕੇ ਅਜੇ ਸਜਾਦ ਮਦੀਨਾ ਆ ਗਿਆ ਮਾਂ ਨਾਨੇ ਦਾ ਸ਼ਹਿਰ ਮਦੀਨਾ ਆ ਗਿਆ ਫਰਮਾਇਆ ਜੀ ਮਦੀਨਾ ਆ ਗਿਆ ਤੇ ਫਾਸਲਾ 3-4 ਕਿਲੋਮੀਟਰ ਦਾ ਜੇ ਬਾਕੀ ਹੈ ਮੈਂ ਮਦੀਨੇ ਦਾ ਨਹੀਂ ਫਸਣਾ ਕੋਈ ਮੈਨੂੰ ਵੇਖ ਸੀ ਤੇ ਕੋਈ ਨਾ ਵੇਖ ਸੀ ਕੰਮ ਮੈਂ ਉੱਥੇ ਕਰਕੇ ਆ ਗਿਆ ਮੈਂ ਉਹ ਕੰਮ ਕਰਕੇ ਆਇਆ ਜਿਹੜੇ ਨਾ ਮੇਰੇ ਵੀਰਾਂ ਕੋਲ ਹੋਏ ਨਾ ਮੇਰੇ ਬਾਬੇ ਅਲੀ ਕੋਲ ਹੋਏ ਸਜਾਦ ਮੈਂ ਸ਼ਾਮ ਫਤਿਹ ਕਰਕੇ ਆ ਗਿਆ ਸਜਾਦ ਤੈਨੂੰ ਤਾਂ ਪਤਾ ਹੈ ਨਾ ਮੈਂ ਜ਼ਮਾਨੇ ਦੇ ਸਾਰੇ ਇਕੱਠੇ ਬਦਮਾਸ਼ਾਂ ਵਿੱਚੋਂ ਤੈਨੂੰ ਹੁਜਤ ਖੁਦਾ ਨੂੰ ਬਚਾ ਕੇ ਜਾ ਇੱਥੇ ਖੈਮੇ ਦਾ ਖੈਮੇ ਡੱਕ ਗਿਆ ਮੈਂ ਚਿੱਟੇ ਡੀਲਾਨੀ ਦੀ ਕਬਰ ਤੇ ਵਜਣਾ ਚਾਹ ਰਿਹਾ ਮੈਂ ਕੋਸ਼ਿਸ਼ ਕਰ ਰਿਹਾ ਜਿਹੜਾ ਆਖਰੀ ਬੈਂਡ ਹੈ ਮੈਂ ਬਹੁਤ ਜਲਦੀ ਯਾਨੀ 1-2 ਮਿੰਟ ਵਿੱਚ ਉੱਤੇ ਆਵਾਂ ਆ ਮੈਂ ਰਾਤ ਨਾਸ਼ ਕਰ ਰਿਹਾ ਮੈਂ ਕੋਸ਼ਿਸ਼ ਕਰ ਰਿਹਾ ਆਖਰੀ ਬੈਂਡ ਦੀ ਮੈਂ ਕਿ ਜਿਤਨੀ ਜਲਦੀ ਨੂੰ ਜਲਦੀ ਜਾ ਸਕਾਂ ਇੱਥੇ ਖੈਮੇ ਲਾ ਮੈਂ ਚਿੱਟੇ ਡੀਲਾਨੀ ਦੀ ਕਬਰ ਤੇ ਵਜਣਾ ਚਾਹ ਰਿਹਾ ਤਾਮੀਲੇ ਹੁਕਮ ਕਰਦਿਆ ਹੋਇਆ ਬਿਮਾਰ ਖੈਮੇ ਦਾ ਸਫ਼ਰ ਮਾਰ ਦਿੱਤੇ ਇਹ ਨਹੀਂ ਮੈਨੂੰ ਪਤਾ ਖੈਮੇ ਕਿਤਨੇ ਆਏ ਮੈਂ ਤੇ ਅਕਸਰ ਆਖਦਾ ਰਹਿੰਦਾ ਸ਼ਾਮ ਚ ਬੱਚੇ ਹੋ ਗਏ ਸੁਬਾ ਹੋ ਗਈ ਕਿਸੇ ਦਸ ਤਦਰੀਸ ਦੇ ਵਸੀਲੇ ਨਾਲ ਸ਼ੀਆ ਦੇ ਬੱਚਿਆਂ ਨੂੰ ਨਹੀਂ ਪਤਾ ਇਹ ਮਜਲਿਸ ਪਾਠ ਦੇ ਵਸੀਲੇ ਨਾਲ ਸ਼ੀਆ ਦੇ ਬੱਚੇ ਬੱਚੇ ਨੂੰ ਪਤਾ ਹੈ ਜਦੋਂ ਸ਼ਾਮ ਚ ਤੁਰੀ ਆਈ ਤੇ ਫਿਰ ਉਹਨੇ ਸ਼ਾਮ ਕੋਲ ਇੱਕ ਮੁਹਾਰੀ ਮੰਗ ਕੇ ਟੁਰੀ ਫਤਿਹ ਦੀਆਂ ਸ਼ਰਤਾਂ ਵਿੱਚ ਲਿਖ ਕੇ ਮੰਗ ਕੇ ਜਾਣਦੇ ਜਾਣਦੇ ਤੇ ਬੋਲੋ ਬਸ਼ੀਰ ਨਾਮ ਹੈ ਜਲਮ ਦਾ ਪੁੱਤਰ ਹੈ ਸ਼ਾਮ ਦਾ ਨਾਮ ਦਾ ਮੇਰੇ ਚੌਥੇ ਮਾਂ ਪਾਕ ਆਖਿਆ ਹੋ ਗਈ ਅੰਮਾ ਭਾਵੇਂ ਮੈਂ ਬਿਮਾਰ ਹਾਂ ਮੈਂ ਔਖਾ ਸੌਖਾ ਵਤਨ ਤੋਂ ਮੁਹਾਰ ਲੈ ਬੈਸਾ ਅੰਮਾ ਬਸ਼ੀਰ ਕਿਉਂ ਤੋਂ ਮੰਗ ਦੇ ਫਰਮਾਇਆ ਸਜਾਦ ਉਸ ਵੇਲੇ ਤੋਂ ਗੌਰ ਨਹੀਂ ਕੀਤਾ ਜਿਹੜੇ ਵੇਲੇ ਮੇਰੀ ਪਹਿਲੀ ਪੇਸ਼ੀ ਗਈ ਕੁੱਤੇ ਦੇ ਦਰਬਾਰ ਵਿੱਚ ਬਸ਼ੀਰ ਦੇ ਮੋਢੇ ਤੇ ਮਸ਼ਕ ਆਈ ਇਹ ਦਰਬਾਰ ਦੇ ਤਰਾਸ ਵਿੱਚ ਪਾਣੀ ਦਾ ਛਿੜਕਾਓ ਪਿਆ ਕਰੇਗਾ ਜਿਹੜੇ ਵੇਲੇ ਲੋਕਾਂ ਪੁੱਛਿਆ ਕਿਸ ਨੂੰ ਮਾਰੇ ਤੇ ਸਾਖਿਆ ਮੈਂ ਬਾਗੀ ਮਾਰਿਆ ਤੇ ਮੈਂ ਕੁਤਬਾ ਪੜਿਆ ਮੈਂ ਆਖਿਆ ਸ਼ਾਮ ਵਾਲੇ ਬਾਗੀ ਮੈਂ ਰਸੂਲ ਦਾ ਪੁੱਤਰ ਤੇ ਮੈਂ ਇਸੇ ਦੀ ਰਸੀਆਂ ਵਾਲੀ ਭੈਣ ਕੈਦਰ ਬਣ ਕੇ ਸ਼ਾਮ ਆ ਗਈ ਦੂਰ ਮੇਰੀ ਤੀਕ ਪੈ ਗਈ ਇਸ ਜਾਤ ਦਰਬਾਰ ਦੇ ਕੋਨੇ ਵਿੱਚ
ਇਹ ਬਸ਼ੀਰ ਖਲੋਤਾ ਹੋਇਆ ਹਾਂ, ਇਸ ਦੇਰ ਨਹੀਂ ਲਾਈ, ਇਸ ਮਸ਼ਕ ਮੋਢੇ ਤੇ ਲਾ ਕੇ ਮਿੱਟੀ ਤੇ ਦੇ ਮਾਰੀ, ਦੋਵੇਂ ਹੱਥਾਂ ਤੇ ਰੱਖ ਕੇ ਮੇਰੇ ਕਰੀਬ ਤੋਂ ਗੁਜ਼ਰ ਲੱਗ ਪਿਆ ਤੇ ਰੋ ਰੋ ਕੇ ਯਾਦ ਆ ਜਿਵੇਂ ਖੈਮੇ ਨੂੰ ਅੱਗ ਲੱਗ ਗਈ ਹੋਈ, ਜਲ ਕੇ ਮਰ ਗਈ। ਤੇਰੇ ਸੱਕੇ ਵੀਰਾਂ ਨੂੰ ਤੇਰੇ ਕਦ ਦਾ ਪਤਾ ਕੋਈ ਨਾ, ਤੇਰੇ ਚਿਹਰੇ ਦੀ ਤਿਲਾਵਤ ਸਿਰਫ ਕੁਰਾਨ ਕਰਦਾ ਹੈ। ਤੂੰ ਤਾਂ ਕਾਲੀਆਂ ਰਾਤਾਂ ਵਿੱਚ ਮਾਂ ਦੀ ਕਬਰ ਤੇ ਆਉਂਦੀ ਆਵੇ, ਤੂੰ ਤੇ ਮਾਂ ਦੀ ਕਣ ਦਾ ਉਹਲਾ ਬਣਾ ਕੇ ਬਾਬੇ ਨਾਲ ਗੱਲਾਂ ਕਰਦੇ ਆਵੇ, ਇਹ ਰੋ ਰੋ ਕੇ ਦਰਬਾਰ ਵਿੱਚ ਨਿਕਲਦਿਆਂ ਪਿਆ ਸ਼ੋਰ ਮਚਾ ਕੇ ਪਿਆ ਤਾਂ ਸ਼ਾਮ ਆ ਗਈ ਹੈ, ਕਿਆ ਗਾਜ਼ੀ ਮਾਰਾ ਗਿਆ ਜੀ। ਸਾਰੀਆਂ ਇਤਿਹਾਸਾਂ ਉਸ ਵੇਲੇ ਭੁੱਲ ਗਿਆ
جڑے محلہ بنو ہاشم وچ داخل ہویا تے حسین بادشاہ دا بند بوا لگا اونچا بیل کر کے آتا ہے مدینے والے حسین مارا گیا نہ تھکی کدی بھی نہ تھکی کدی بھی نہ تھکی زہرا دلال مارا غازی دی ماں دی اے میں نہیں
ਕ੍ਰਿਸਮਸ ਜੀ ਜੀ।